ਹਫ਼ਤਾ ਲੱਗਣ ਤੋਂ ਬਾਅਦ SSP ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਡੇਲੀ ਸਾਡੀਆਂ ਗਸ਼ਤ ਪਾਲਟੀਆਂ, ਪੈਟਰੋਲਿੰਗ ਅਤੇ ਨਾਕਾ ਲੱਗਦੇ ਨੇ ਵੱਖ ਵੱਖ ਪੁਆਇੰਟਾਂ ਦੇ ਉੱਤੇ ਸਮਾਂ ਚੇਂਜ ਕਰਕੇ। SHO ਸਾਹਿਬ ਅਤੇ ਇਹਨਾਂ ਦੀ ਪਾਲਟੀ ਗਸ਼ਤ 'ਤੇ ਗਈ ਹੋਈ ਸੀਗੀ ਐਡੀਸ਼ਨਲ SHO ਨਾਲ ਦਿਲਬਾਗ ਸਿੰਘ। ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਵੀ ਸ਼ੱਕੀ ਪੁਰਸ਼ ਜਾ ਰਿਹਾ ਕੋਈ, ਮਾਣਕ ਚੰਦ ਉਸਦਾ ਨਾਂ ਸੀ। ਪਤਾ ਕਰਨ 'ਤੇ ਪੁੱਛਣ 'ਤੇ ਪਤਾ ਲੱਗਿਆ, ਉਸ ਤੋਂ ਬਾਅਦ ਉਹਨੂੰ ਚੈੱਕ ਕੀਤਾ ਗਿਆ। ਚੈੱਕ ਕਰਨ ਤੋਂ ਬਾਅਦ ਵਿੱਚ ਉਸ ਕੋਲੋਂ ਪਾਊਡਰ ਨਾਂ ਦਾ ਇੱਕ ਚੀਜ਼ ਮਿਲੀ। ਜਦੋਂ ਉਸਨੂੰ ਖੋਲ੍ਹ ਕੇ ਦੇਖਿਆ ਤਾਂ ਨਸ਼ੀਲਾ ਪਾਊਡਰ ਨਿਕਲਿਆ ਜੀ, 700 ਗ੍ਰਾਮ। ਉਹਦਾ ਵੇਟ ਕੀਤਾ, ਅੱਜ ਇਹਨੂੰ ਜੱਜ ਸਾਹਿਬ ਦੇ ਪੇਸ਼ ਕੀਤਾ ਸੀਗਾ। ਸਿੰਥੈਟਿਕ ਡਰੱਗ ਆ, ਜੱਜ ਸਾਹਿਬ ਦੇ ਪੇਸ਼ ਕਰਨ ਤੋਂ ਬਾਅਦ ਵਿੱਚ ਸਾਨੂੰ 14 ਤੱਕ ਇਸਦਾ ਪੁਲਿਸ ਰਿਮਾਂਡ ਮਿਲਿਆ ਆ। ਬਾਕੀ ਪੁੱਛਗਿੱਛ ਕਰਨ ਤੋਂ ਬਾਅਦ ਜਿਹੜੇ ਵੀ ਦੱਸ ਸਕਦੇ, ਇਹਦੀ ਕਰੋੜਾਂ ਦੇ ਵਿੱਚ ਹੋਊਗੀ ਜੀ ਅੰਤਰਰਾਸ਼ਟਰੀ ਵੈਲਿਊ। ਅਪਰੋਕਸੀਮੇਟਲੀ ਆਈਡੀਆ ਕੋਈ ਨਹੀਂ ਜੀ, ਕਰੋੜਾਂ ਦੇ ਅਨੁਸਾਰ ਹੋਊਗੀ ਜੀ। ਇਸਕਾ ਕਿਆ ਕਹਿਣਾ, ਜਾਂਚ ਮੇਂ ਕਿਆ ਸਾਹਮਨੇ ਆਇਆ, ਯੇ ਇਸਕੋ ਸੀਲ ਕਰਨੇ ਜਾ ਰਹਾ ਥਾ, ਕਹਾਂ ਪੇ ਜਾ ਰਹਾ ਥਾ। ਇਹ ਪ੍ਰਤਾਪ ਨਾਂ ਦੇ ਵਿਅਕਤੀ ਸੇ ਲੈ ਕੇ ਆਇਆ ਥਾ ਪੀਛੇ ਸੇ, ਇਸਨੇ ਉਸੀ ਕੀ ਗਾਈਡਲਾਈਨ ਸੇ ਆਗੇ ਦੇਣੀ ਥੀ ਕਿਸੀ ਕੋ। ਇਸਨੇ ਬਤਾਇਆ ਕਿ ਕਿਤਨੇ ਮੇਂ ਇਸਨੇ ਬਾਇ ਕੀ ਔਰ ਕਿਤਨੇ ਮੇਂ ਆਗੇ ਵੇਚਨੇ ਥੀ। ਨਹੀਂ, ਅਭੀ ਤੋ ਇਨਵੈਸਟੀਗੇਸ਼ਨ ਚਾਲੂ ਹੈ ਜੀ, ਸਟਾਰਟ ਹੈ। ਉਸਕੇ ਜੋ ਵੀ ਤੱਥ ਉਸਮੇਂ ਸਾਹਮਨੇ ਆਏਗੇ ਆਪਕੋ ਵਹੀ ਬਤਾ ਦੀ ਜਾਏਗੇ। ਪਤਾ ਲਗਾ ਬਹੁਤ ਰਹੀਸ ਲੋਕ ਜੋ ਹੈ ਵੋ ਇਸਕਾ ਸੇਵਨ ਕਰਤੇ ਹੈ, ਸਟਾਰ ਲੋਕ ਜੈਸੇ। ਪਤਾ ਤੋ ਜਿਹੀ ਲਗਾ ਹੈ ਜੀ, ਇਸਲੀਏ ਜੇ ਕਹਾਂ ਵੀ ਇਹਨਾਂ ਨੇ ਦੇਣੀ ਥੀ, ਵੋ ਤੋ ਪ੍ਰਤਾਪ ਕੋ ਮਾਲੂਮ ਥਾ, ਵੋ ਤੋ ਇਨਵੈਸਟੀਗੇਸ਼ਨ ਕਰੇਂਗੇ। ਫਿਲਹਾਲ ਉਸਮੇਂ ਮਾਲੂਮ ਆਏਗਾ ਆਗੇ ਕਿਆ ਹੋ ਰਿਹਾ। ਫਰਦਰ ਅਪ ਕਿਆ ਐਕਸ਼ਨ ਹੈ ਜੀ, ਕੋਈ ਔਰ ਵੀ ਲੋਕ ਸਾਹਮਨੇ ਆ ਸਕਤੇ ਹੈ ਇਸ ਮਾਮਲੇ ਮੇਂ? ਇਨਵੈਸਟੀਗੇਸ਼ਨ ਮੇਂ ਆਏਗਾ ਜੀ, ਜੋ ਵੀ ਹੋਗਾ ਆਗੇ।